ਤੁਸੀਂ ਵੇਖ ਰਹੇ ਹੋ ਪੰਜਾਬ ਟੂਡੇ ਨਿਊਜ਼। ਅੱਜ ਸਵੇਰੇ ਪਿੰਡ ਖਾਟਵਾਂ ਥਾਣਾ ਬਹਾਵਾਲਾ ਡਿਸਟ੍ਰਿਕਟ ਫਾਜ਼ਿਲਕਾ, ਇਸ ਪਿੰਡ ਵਿੱਚ ਚੌਧਰੀ ਪ੍ਰਹਲਾਦ ਜੋ ਕਿ ਸੀਨੀਅਰ ਅਕਾਲੀ ਲੀਡਰ ਵੀ ਨੇ, ਨੈਸ਼ਨਲ ਸ਼ੂਟਰ ਨੇ ਅਤੇ ਫਾਰਮਰ ਨੇ, ਉਹਨਾਂ ਨੂੰ ਪੰਜ ਗੈਂਗਸਟਰ ਜਿਹੜੇ ਆ ਸਕੋਰਪੀਓ 'ਚ ਬੈਠ ਕੇ ਉਹਨਾਂ ਨੇ ਪਿੰਡ ਦੇ ਵਿੱਚ ਆ ਕੇ ਸਵੇਰੇ ਅਟੈਕ ਕਰ ਦਿੱਤਾ। ਚੌਧਰੀ ਪ੍ਰਹਲਾਦ ਉਹਨਾਂ ਦਾ ਗੰਨਮੈਨ ਜੋ ਗੇਟ ਦੇ ਬਾਹਰ ਬੈਠੇ ਸੀ, ਉਹਨਾਂ ਨੇ ਆਪਣੇ ਵੈਪਨਸ ਦੇ ਨਾਲ ਗੈਂਗਸਟਰ ਦਾ ਮੁਕਾਬਲਾ ਕੀਤਾ ਔਰ ਗੈਂਗਸਟਰ ਮਜਬੂਰ ਹੋ ਗਏ ਕਿ ਉੱਥੋਂ ਉਹਨਾਂ ਨੂੰ ਭੱਜਣਾ ਪਿਆ। ਚੌਧਰੀ ਪ੍ਰਹਲਾਦ ਨੇ ਬੜੀ ਬਹਾਦਰੀ ਦੇ ਨਾਲ ਗੈਂਗਸਟਰ ਨੂੰ ਆਪਣੇ ਪਿੰਡ ਦੇ ਵਿੱਚੋਂ ਖਦੇੜਿਆ। ਇਹ ਗੈਂਗਸਟਰ ਉਸ ਪਿੰਡ ਦੇ ਵਿੱਚੋਂ ਭੱਜਦੇ ਹੋਏ ਜਦੋਂ ਪਿੰਡ ਖਾਟਵਾਂ ਤੋਂ ਪਿੰਡ ਸ਼ੇਰੇਵਾਲਾ ਰੋਡ 'ਤੇ ਆ ਰਹੇ ਸਨ, ਉੱਥੇ ਇੱਕ ਅੱਗੋਂ ਪਠਿਆਲੀ ਰੇੜੀ ਆ ਰਹੀ ਸੀ ਔਰ ਇਹਨਾਂ ਦੀ ਸਕਾਰਪੀਓ ਪਲਟ ਗਈ। ਇਹ ਸਾਰੇ ਗੈਂਗਸਟਰ ਉੱਥੋਂ ਉਤਰ ਕੇ ਖੇਤਾਂ ਨੂੰ ਭੱਜਣਾ ਸ਼ੁਰੂ ਹੋ ਗਏ। ਉੱਥੇ ਪਿੰਡ ਸ਼ੇਰੇਵਾਲਾ ਦੇ ਲੋਕ ਲੇਬਰਸ ਕੰਮ ਕਰ ਰਹੀਆਂ ਸੀ ਜਾਂ ਜ਼ਿਮੀਦਾਰ ਹੋਰ, ਉਹਨਾਂ ਨੇ ਦੇਖਿਆ ਕਿ ਪੰਜ ਗੈਂਗਸਟਰ ਭੱਜ ਰਹੇ, ਉਹ ਵੀ ਉਹਨਾਂ ਦੇ ਪਿੱਛੇ ਲੱਗ ਗਏ ਅਤੇ ਦੋ ਹਿੱਸਿਆਂ 'ਚ ਵੰਡੇ ਗਏ। ਤਿੰਨ ਗੈਂਗਸਟਰ ਫਸਲਾਂ ਦਾ ਬਾਗਾਂ ਦਾ ਫਾਇਦਾ ਉਠਾਉਂਦੇ ਰਾਸਤੇ ਨਾਲ ਸਕੇਪ ਕਰਕੇ ਔਰ ਅਸੀਂ ਉੱਥੇ ਗੰਗਾਨਗਰ ਔਰ ਹਨੁਮਾਨਗੜ੍ਹ ਦੀ ਉਹਨਾਂ ਜ਼ਿਲ੍ਹਾ ਦੀ ਪੁਲਿਸ ਨੂੰ ਇਨਫੋਰਮ ਕੀਤਾ, ਖੁੱਲ੍ਹੀਆਂ ਦੱਸ ਕੇ ਵੀ ਬੰਦੇ ਇਸ ਪਾਸੇ ਸਕੇਪ ਕੀਤੇ ਆ। ਇੱਕ ਗੈਂਗਸਟਰ ਜਿਹੜਾ ਉਹ ਦੇਖਿਆ ਕਿ ਚਾਰੇ ਪਾਸੇ ਪੁਲਿਸ ਫੋਰਸ ਆ ਗਈ, SSP ਸਾਹਿਬ ਫਾਜ਼ਿਲਕਾ, ਸਾਹਿਬ ਭੁਪਿੰਦਰ ਸਿੰਘ, SP ਬੋਰ, DSP ਬੋਰ, SHO ਬਾਵਾਲਾ, ਫੋਰਸ ਨੇ ਸਾਰੇ ਇਲਾਕੇ ਦੀ ਘੇਰਾਬੰਦੀ ਕਰ ਲਈ। ਜਦੋਂ ਇੱਕ ਗੈਂਗਸਟਰ ਕਮ ਸਮੱਗਲਰ ਜਿਸ ਦੀ ਪਹਿਚਾਣ ਜਗਵੀਰ ਸਿੰਘ ਜੱਗਾ ਦਾਸੂਪੁਰ ਹੋਈ ਹੈ, ਜਿਹੜਾ ਕਿ ਸਾਡਾ ਡਰੱਗ ਕੇਸ ਦੇ ਵਿੱਚ ਕਨਵਿਕਟ ਵੀ ਹੈ ਔਰ ਪੁਲਿਸ ਕਸਟਡੀ ਜੋ SKP ਵੀ ਹੈ, ਉਸਨੇ ਜਦੋਂ ਦੇਖਿਆ ਕਿ ਚਾਰੋਂ ਪਾਸੇ ਘੇਰਾ ਪੈ ਗਿਆ, ਉਸਨੇ ਆਪਣੇ 9mm ਪਿਸਟਲ ਦੇ ਨਾਲ ਗੋਲੀ ਮਾਰ ਕੇ ਆਪਣੇ ਆਪ ਨੂੰ ਮਾਰ ਲਿਆ। ਉਸਦਾ ਇੱਕ ਸਾਥੀ ਜਤਿੰਦਰਪਾਲ ਸਿੰਘ ਜੋ ਕਿ ਬੋਰ ਸ਼ਹਿਰ ਦਾ ਰਹਿਣ ਵਾਲਾ ਹੈ, ਉਹ ਉੱਥੋਂ ਐਸਕੇਪ ਕੀਤਾ। ਉਸ ਅਗਲੇ ਪਾਸੇ ਪਬਲਿਕ ਉਹਦੇ ਮਗਰ ਲੱਗ ਗਈ, ਲੇਕਿਨ ਫਰੰਟ ਸਾਈਡ ਤੋਂ ਸਾਡੀ ਓਕੂ ਦੀ ਔਰਗਨਾਈਜ਼ ਕ੍ਰਾਈਮ ਕੰਟਰੋਲ ਯੂਨਿਟ ਦੇ ਦੋ ਜਵਾਨਾਂ ਨੇ ਬੜੀ ਬਹਾਦਰੀ ਦੇ ਨਾਲ ਅਗਵਾ ਕੇ ਇਹਨਾਂ ਨੂੰ ਕਾਬੂ ਕੀਤਾ ਔਰ ਇਸਨੇ ਫੜਦਿਆਂ ਫੜਦਿਆਂ ਦੋ ਗੋਲੀਆਂ ਚਲਾ ਦਿੱਤੀਆਂ, ਜਿਸ ਨਾਲ ਪਿੰਡ ਸ਼ੇਰੇਵਾਲੇ ਦੇ ਦੋ ਪਰਸਨ ਜਿਹੜੇ ਜਿਹਨਾਂ ਨੇ ਬੜੀ ਹਿੰਮਤ ਦਿਖਾਈ, ਉਹਨਾਂ ਨੂੰ ਲੱਤਾਂ 'ਚ ਗੋਲੀਆਂ ਲੱਗੀਆਂ, ਜਿਹਨਾਂ ਨੂੰ ਜ਼ੇਰੇ ਇਲਾਜ ਅਸੀਂ ਸਿਵਲ ਹੋਸਪਿਟਲ ਅਬੋਹਰ ਦਾਖਲ ਕਰਾਇਆ ਔਰ ਉਹਨਾਂ ਦੀ ਜਿਹੜੀ ਕੰਡੀਸ਼ਨ ਆਊਟ ਆਫ ਡੇਟ ਹੈ। ਸਰ, ਰੀਜ਼ਨ ਕੀ ਰਿਹਾ ਸੀ? ਇਸ ਜਤਿੰਦਰਪਾਲ ਦੀ ਜਿਹੜੀ ਪ੍ਰੀਲਿਮਿਨਰੀ ਪੁੱਛਗਿੱਛ ਤੋਂ ਸਾਡੀ ਚੀਜ਼ ਸਾਹਮਣੇ ਆਈ ਹੈ ਕਿ ਲਾਰੰਸ ਬਿਸ਼ਨੋਈ ਜੋ ਕਿ ਭਰਤਪੁਰ ਗੇਂਗ ਦੇ ਵਿੱਚ ਜੇਲ੍ਹ ਦੇ ਵਿੱਚ ਔਲਰੇਡੀ ਸਜ਼ਾ ਕੱਟ ਰਿਹਾ ਗੈਂਗਸਟਰ, ਉਸਨੇ ਜਤਿੰਦਰਪਾਲ ਨੂੰ ਕੰਟੈਕਟ ਕੀਤਾ ਕਿ ਮੈਂ 4 ਸ਼ੂਟਰਸ ਭੇਜ ਰਿਹਾ ਅਤੇ ਅਸੀਂ ਅੱਜ ਪਲੈਨ ਕਰਕੇ ਇਸ ਨੂੰ ਪ੍ਰਹਲਾਦ ਨੂੰ ਇਹਨਾਂ ਦੀ ਮਾਰਨ ਦੀ ਪਲੈਨ ਸੀ ਇਹਨਾਂ ਦੀ, ਅਤੇ ਜੋ ਕਿ ਕਾਮਯਾਬ ਨਹੀਂ ਹੋ ਸਕੀ। ਇਹਨਾਂ ਦਾ ਕੀ ਸਬੰਧ ਸੀਗਾ ਜੀ, ਜਤਿੰਦਰਪਾਲ ਦਾ ਅਤੇ ਲਾਰੰਸ ਦਾ ਜੀ? ਜਤਿੰਦਰਪਾਲ ਅਤੇ ਲਾਰੰਸ ਬਿਸ਼ਨੋਈ ਅਬੋਹਰ ਸਿਟੀ ਦੇ ਵਿੱਚ ਇੱਕ ਗਵਰਨਮੈਂਟ ਸਕੂਲ ਦੇ ਵਿੱਚ 2nd ਤੋਂ 10th ਕਲਾਸ ਤੱਕ ਇਕੱਠੇ ਪੜ੍ਹਦੇ ਰਹੇ। ਹਾਂ, ਇਹਦੇ ਵਿੱਚ ਜਿਹੜਾ ਮਾਰਿਆ ਗਿਆ ਡਰੱਗ ਸਮੱਗਲਰ ਜਗਵੀਰ ਸਿੰਘ ਜੱਗਾ ਦਾਸੂਪੁਰਾ ਬੋਲਦੇ ਆ, ਇਸ ਦੇ ਖਿਲਾਫ਼ ਕਾਫ਼ੀ ਮੁਕੱਦਮੇ ਦਰਜ ਨੇ। ਇਹ ਇੱਕ ਡਰੱਗ ਸਮੱਗਲਰ ਹੈ ਜੋ ਕਿ 21 ਕਿਲੋ ਹੈਰੋਇਨ ਦੇ ਕੇਸ ਦੇ ਵਿੱਚ ਮਲੋਟ ਤੋਂ ਕਨਵਿਕਟ ਹੋਇਆ ਸੀਗਾ ਕੇਸ ਦੇ ਵਿੱਚ ਔਰ ਸਜ਼ਾ ਭੁਗਤ ਰਿਹਾ ਸੀਗਾ। ਕਿਸੇ ਕੇਸ ਸੀ ਇਹਨੂੰ ਗਵਾਹੀ ਵਾਸਤੇ ਲੈ ਕੇ ਜਾ ਰਹੇ ਸੀ, ਇਹ ਪੁਲਿਸ ਕਸਟਡੀ 'ਚ ਐਸਕੇਪ ਕਰ ਗਿਆ, ਉਹ ਵੀ ਇਹਦੇ ਖਿਲਾਫ਼ ਮੁਕੱਦਮਾ ਦਰਜ ਹੈ। ਇਹ ਗੈਂਗਸਟਰ ਕਮ ਡਰੱਗ ਸਮੱਗਲਰ ਪੁਲਿਸ ਕਸਟਡੀ ਤੋਂ ਭੱਜਿਆ ਹੋਇਆ ਇੱਕ ਨਾਮਵਰ ਮੁਜ਼ਰਮ ਸੀਗਾ, ਜਿਹੜਾ ਕਿ ਅੱਜ ਇੱਕ ਐਨਕਾਊਂਟਰ ਦੇ ਵਿੱਚ ਮਾਰਿਆ ਗਿਆ। ਸਰ, ਕੁਝ ਸਕੋਰਪੀਓ ਗੱਡੀ ਹੈ, ਸਕੋਰਪੀਓ ਗੱਡੀ 'ਤੇ ਬਦਮਾਸ਼ ਆਏ ਪੰਛੀ, ਮਤਲਬ ਜੇ ਸਾਫੇ ਬੰਨੇ ਸੀ ਉਹਨਾਂ ਨੇ, ਉਹਨਾਂ ਨੇ ਆ ਕੇ ਅਤੇ ਖਾਟਵਾਂ ਦੇ ਵਿੱਚ ਚੌਧਰੀ ਪ੍ਰਹਲਾਦ ਜੀ ਅਤੇ ਉਹ ਬੜ ਬੋੜ ਪਿੱਪਲ ਜਿਹੜਾ ਹੁੰਦਾ ਨਾ, ਉਹਦੇ ਥੱਲੇ ਬੈਠੇ ਸੀ, ਉਹਨਾਂ 'ਚ ਫੈਰ ਕੀਤਾ, ਫੈਰ ਕਰਨ ਲੱਗੇ ਅਤੇ ਉਹ ਗੱਡੀ ਲਿਆ ਕੇ ਲੈ ਗਏ ਅਤੇ ਰਸਤੇ ਦੇ ਵਿੱਚ ਆਏ ਨਾ, ਇੱਥੇ ਗੱਡੀ ਪਲਟ ਗਈ ਉਹਨਾਂ ਦੀ, ਇੱਕ ਗੱਡੀ ਪੱਠੇ ਵਾਲੀ ਗੱਡੀ ਸੀ ਪਲਟ ਵਾਲੀ, ਉਹਦੇ ਕੋਲੋਂ ਸਾਈਡ ਲੈਣ ਲੱਗੇ ਅਤੇ ਉਹਨਾਂ ਦੀ ਗੱਡੀ ਪਲਟ ਗਈ, ਉਹ ਛੱਡ ਕੇ ਅਤੇ ਭੱਜ ਕੇ ਅਤੇ ਖੇਤਾਂ 'ਚ ਵੜ ਗਏ। ਸ਼ੇਰੇਵਾਲੇ ਦੇ ਦੋ ਮੁੰਡੇ ਖੇਤਾਂ 'ਚ ਕੰਮ ਕਰਦੇ ਸੀ, ਉਹਨਾਂ ਨੇ ਸੋਚਿਆ ਕੋਈ ਮੁੰਡੇ ਮੁੰਡੇ ਚੱਕਦੇ ਆ, ਅੱਜ ਕੱਲ੍ਹ ਬੱਚੇ ਚੱਕਣ ਵਾਲੇ ਆ ਗਏ, ਉਹਨਾਂ ਨੂੰ ਫੜ ਲਿਆ, ਫੜਿਆ ਉਹਨੇ ਕਿਹਾ ਮੈਂ ਉਹਨਾਂ ਨੂੰ ਫੈਰ ਮਾਰਤਾ, ਉਹਦੇ ਤੂੰ ਪਾਸੇ ਹਟ ਜਾ, ਤੈਨੂੰ ਮਾਰ ਦਿਆਂਗਾ ਮੈਂ,
ਉਹਨੇ ਫੇਰ ਮਾਰਤਾ ਉਹਦੇ ਦੋਨੇ ਦੋ ਜਿਹੜੇ ਉਹ ਪਟੜੇ ਗਏ ਹੋਰ ਹਸਪਤਾਲ ਚ ਉਹ ਨਹੀਂ ਉਹ ਇਹਨਾਂ ਚੋਂ ਮਰਿਆ ਆਪ ਦਾ ਇਹ ਬੰਦਾ ਹਮਲਾ ਕਰਨ ਵਾਲਿਆਂ ਚੋਂ ਇੱਕ ਸੁਸਾਈਡ ਕਰ ਗਿਆ ਅਸੀਂ ਪਿੰਡ ਸ਼ੇਗੜਿਆਂ ਦੇ ਜੀ ਇਹ ਦੋ ਮੇਰੇ ਭਾਅ ਨੇ ਤੇ ਗੱਡੀ ਆ ਰਹੀ ਸੀ ਤੋਂ ਕਾਟਾ ਵੱਲੋਂ ਅਸੀਂ ਵਿੱਚ ਮਜ਼ਦੂਰੀ ਕਰ ਰਹੇ ਸੀ ਤੇ ਗੱਡੀ ਇੱਕਦਮ ਪਲਟੀ ਪਲਟਾ ਖਾ ਕੇ ਗੱਡੀ ਵਾਪਸ ਖੜੀ ਹੋਈ ਹੈ ਉਹਦੇ ਵਿੱਚੋਂ ਬੰਦੇ ਨਿਕਲੇ ਤਿੰਨ ਚਾਰ ਬਾਹਰ ਅਸੀਂ ਮਜ਼ਦੂਰੀ ਖੜੇ ਜਾਂਦੇ ਸੀ ਉਹ ਆਪਸ ਦੇ ਵਿੱਚ ਭੱਜੇ ਪਹਿਲਾਂ ਫਿਰ ਫਾਇਰਿੰਗ ਕਰਦੇ ਰਹੀ ਉਹਨਾਂ ਨੇ ਇਹਦੇ ਵਿੱਚ ਮੇਰੇ ਦੋਵਾਂ ਭਰਾ ਹੋਏ ਜ਼ਖਮੀ ਹੋਏ ਨੇ ਅਸੀਂ ਇਹਨਾਂ ਨੂੰ ਲੈ ਕੇ ਤੁਰੰਤ ਫਿਰ ਹੋਸਪਿਟਲ ਪਹੁੰਚੇ ਉਸ ਤੋਂ ਬਾਅਦ ਉਹ ਭੱਜ ਗਏ ਨੇ ਅੱਗੇ ਲਾਹ ਲੰਘੇ ਪੁਲਿਸ ਵਗੈਰਾ ਬਾਅਦ 'ਚ ਆਈ ਹੈ ਸਰ ਮੌਕੇ 'ਤੇ ਕੋਈ ਪੁਲਿਸ ਨਹੀਂ ਸੀ ਪਿੰਡ ਵਾਲੇ ਇਕੱਠੇ ਹੋਏ ਸੀਗੇ ਉੱਥੇ ਉਹਨਾਂ ਨੇ ਸਰ ਉਹ ਬੰਦੇ ਬਾਅਦ ਪੁਲਿਸ ਨੇ ਪਤਾ ਜੀ ਅਸੀਂ ਇੱਥੇ ਆ ਗਏ ਸੀ ਮੈਂ ਨਾਲ ਬੈਠੇ ਸੀਗੇ ਇੱਕ ਮੇਰਾ ਗਨਮੈਨ ਦੋ ਹੋਰ ਸੀਗੇ ਅਤੇ ਇੱਧਰੋਂ ਸਕੋਰਪੀਓ ਗੱਡੀ ਆਈ ਆਉਂਦੇ ਉਹਨਾਂ ਨੇ ਫਾਇਰਿੰਗ ਸ਼ੁਰੂ ਕਰਤੀ ਅਸੀਂ ਵੀ ਫਾਇਰਿੰਗ ਸਾਹਮਣੇ ਕੀਤੀ ਫਿਰ ਭੱਜ ਲਿਓ ਇੱਛਾ ਵੀ ਕੀਤਾ ਅਸੀਂ ਭੱਜੇ ਪਰ ਉਹਦੀ ਪਿੱਛੇ ਦੇ ਵਿੱਚ ਇਹ ਹੋਇਆ ਵੀ ਅਸੀਂ ਨਹਿਰ ਤਾਂ ਹੀ ਗਏ ਅਤੇ ਅਸੀਂ ਆਖਿਆ ਵੀ ਗੱਡੀ ਪਤਾ ਨਹੀਂ ਦੂਜੇ ਪਾਸੇ ਨਿਕਲ ਗਈ ਹੋਣੀ ਸੀ ਨਹਿਰ ਤਾਂ ਹੀ ਜਾ ਕੇ ਪੁੱਠੇ ਮੁੜੇ ਕਿਲੋਮੀਟਰ ਅਤੇ ਉਹ ਅੱਗੇ ਜਾ ਕੇ ਗੱਡੀ ਉਹਨਾਂ ਦੀ ਪਲਟ ਗਈ ਅਤੇ ਜੇ ਥੋੜ੍ਹੇ ਜਿਹੇ ਹੋਰ ਗਾਂਹ ਹੋ ਜਾਂਦੇ ਤਾਂ ਫਿਰ ਠੀਕ ਹੋ ਜਾਂਦਾ ਕੰਮ ਜੇ ਅਜੀ ਅਜੇ ਭੱਜੀ ਜਾਂਦੇ ਜੇ ਕਿਹੜਾ ਖੜ ਕੇ ਇੱਕ ਨੇ ਸੁਸਾਈਡ ਕਰ ਲਿਆ ਅਤੇ ਇੱਕ ਫੜ ਲਿਆ ਜੀ ਜਿਹੜਾ ਸ਼ੇਰੇ ਵਾਲੇ ਦੇ ਮੁੰਡੇ ਸੀ ਉਹਨਾਂ ਨੇ ਬਹੁਤ ਹਿੰਮਤ ਕੀਤੀ ਉਹਦੇ ਅਸੀਂ ਬੜੇ ਰਿਣੀ ਹੈ ਜਿਹਨਾਂ ਦੇ ਫਾਇਰ ਵੀ ਵੱਜਿਆ ਪੈਰ 'ਚ ਅਤੇ ਇੱਕ ਦੇ ਹੱਥ 'ਚ ਅਤੇ ਉਹਨਾਂ ਮੁੰਡਿਆਂ ਨੇ ਹਿੰਮਤ ਕਰਕੇ ਇੱਕ ਫੜ ਲਿਆ ਜਾ ਕੈਰੀ ਦਾ ਕੋਈ ਦੁਸ਼ਮਣੀ ਹੈ ਹੀ ਨਹੀਂ ਜੀ ਕਿਸੇ ਨੂੰ ਕੈਰੀ ਕੋਈ ਨਾ ਦੁਸ਼ਮਣੀ ਹੈ ਨਾ ਕੋਈ ਹੋਰ ਇਹ ਤਾਂ ਹੁਣ ਉਹਨਾਂ ਨੂੰ ਹੀ ਪਤਾ ਉਹ ਹੀ ਦੱਸਣਗੇ ਜਦੋਂ ਪੁਲਿਸ ਵੈਰੀਫਾਈ ਕਰੇਗੀ ਵੀ ਕੀ ਹੋਇਆ ਕੀ ਨਹੀਂ ਤੁਹਾਡਾ ਕੀ ਰੌਲਾ ਸੀ ਪਲੀਜ਼ ਸਬਸਕ੍ਰਾਈਬ ਅਵਰ ਚੈਨਲ ਫੋਰ ਮੋਰ ਅਪਡੇਟਸ ਯੂ ਕੈਨ ਫੋਲੋ ਅਸ ਟਵਿੱਟਰ ਐਂਡ ਫੇਸਬੁੱਕ